ਇੱਕ ਪਾਸੇ ਹੋਲੀ ਦੀਆਂ ਰੌਣਕਾਂ ਪਰ ਦੂਜੇ ਪਾਸੇ ਚਿੱਟੀਆਂ ਚੁੰਨੀਆਂ ਤੇ ਗਮਗੀਨ ਮਾਹੌਲ। ਅੱਖਾਂ 'ਚ ਹੰਝੂ ਆਪਣਿਆਂ ਦੇ ਜਾਣ ਦਾ ਦੁੱਖ, ਕਿਸੇ ਦਾ ਪਿਓ ਤੇ ਕਿਸੇ ਦਾ ਪੁੱਤ, ਕਿਸੇ ਦਾ ਭਰਾ, ਕਿਸੇ ਦਾ ਸੁਹਾਗ ਜ਼ਹਿਰੀਲੀ ਸ਼ਰਾਬ ਦੀ ਭੇਂਟ ਚੜ ਗਿਆ। ਹੁਣ ਇੱਕੋ ਵੇਲੇ ਸੱਤ ਪਰਿਵਾਰ ਅਸਥੀਆਂ ਪਾਉਣ ਲਈ ਸ਼੍ਰੀ ਕੀਰਤਪੁਰ ਸਾਹਿਬ ਨੂੰ ਰਵਾਨਾ ਹੋ ਰਹੇ ਨੇ। ਤਾਂ ਦੱਸ ਦਈਏ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 21 ਮੌਤਾਂ ਹੋਈਆਂ। ਦਿੜਬਾ ਦੇ ਪਿੰਡ ਗੁਜਰਾ ਤੇ ਟੰਡੋਲੀ 'ਚ 7 ਮੌਤਾਂ ਹੋਈਆਂ ਨੇ ਜ਼ਹਿਰੀਲੀ ਸ਼ਰਾਬ ਨਾਲ। ਤਸਵੀਰਾਂ ਬੇਹੱਦ ਦੁਖਦਾਈ ਨੇ ਕਿ 2 ਪਿੰਡਾਂ ਦੇ ਵਿੱਚ ਹੀ ਜ਼ਹਿਰੀਲੀ ਸ਼ਰਾਬ ਨਾਲ 7 ਮੌਤਾਂ ਹੋ ਗਈਆਂ ਅਤੇ ਜ਼ਹਿਰੀਲੀ ਸ਼ਰਾਬ ਨੇ 21 ਲੋਕਾਂ ਦੀ ਜ਼ਿੰਦਗੀ ਨਿਗਲ ਲਈ। ਹਾਲਾਂਕਿ CM ਮਾਨ ਪਿੰਡ ਪਹੁੰਚੇ ਅਤੇ ਪਰਿਵਾਰਾਂ ਨਾਲ ਦੁੱਖ ਵੰਡਾਇਆ ਕਿ ਮੈਂ ਤੁਹਾਡਾ ਆਪਣਾ ਤੇ ਤੁਹਾਡੇ ਪਰਿਵਾਰਾਂ ਦੀ ਜ਼ਿੰਮੇਵਾਰੀ ਲੈਣਾ। ਪਰ ਤਸਵੀਰਾਂ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਨੇ। ਜ਼ਹਿਰੀਲੀ ਸ਼ਰਾਬ ਨੇ 21 ਜ਼ਿੰਦਗੀਆਂ ਨਿਗਲ ਲਈਆਂ ਨੇ ਤੇ ਹੁਣ ਇਹ ਅਭਾਗੇ ਪਰਿਵਾਰ ਆਪਣਿਆਂ ਦੇ ਫੁੱਲ ਤਾਰਨ ਲਈ ਕੀਰਤਪੁਰ ਸਾਹਿਬ ਜਾ ਰਹੇ ਨੇ। ਦੇਖੋ ਜੀ, ਇਹ 7 ਪਰਿਵਾਰ ਨੇ ਜੋ ਐਕਸ਼ਨ ਕਮੇਟੀ ਬਣੀ ਹੋਈ ਹੈ, ਮੈਂ ਉਹਦਾ ਮੈਂਬਰ ਵੀ ਹਾਂ, ਤੇ ਇਹ 7 ਪਰਿਵਾਰਾਂ ਨੂੰ ਇੱਕ ਬਿਠਾ ਕੇ ਸਮਝਾਇਆ ਗਿਆ ਵੀ ਤੁਸੀਂ ਜਿਹੜੇ ਫੁੱਲ ਵੱਖ ਵੱਖ ਨਾ ਜਾਓ, ਕਿਉਂਕਿ ਬਾਹਲੇ ਜ਼ਿਆਦਾ ਗਰੀਬ ਪਰਿਵਾਰ ਨੇ। ਉਸ ਸੰਸਥਾ ਵੱਲੋਂ ਜਿਹੜਾ ਇਹਨਾਂ ਦਾ ਸਾਧਨ ਦਾ ਆਪਣਾ ਪ੍ਰੋਗਰਾਮ ਕਰਿਆ ਗਿਆ ਇਹਨਾਂ ਨੂੰ ਲਿਜਾਣ ਵਾਸਤੇ, ਤੇ ਇਹਨਾਂ ਪਰਿਵਾਰ ਕੀਰਤਨਪੁਰ ਸਾਹਿਬ ਜਾ ਰਹੇ ਨੇ ਜੀ। ਕੀ ਨਾਮ ਹੈ? ਨੂਰਪ੍ਰੀਤ ਸਿੰਘ ਜੀ। ਤੁਹਾਡੇ ਕੀ ਨਾਮ ਦੱਸ ਜਿਹੜੇ ਡਾਕਟਰ ਫਾਦਰ ਸਾਹਿਬ ਜੀ? ਕੀ ਕੰਮ ਕਰਦੇ ਸੀ? ਮਜ਼ਦੂਰੀ ਕਰਦੇ ਸੀ। ਫਿਰ ਅੱਜ ਫੁੱਲਾਂ ਦੀ ਰਸਮ ਕੀਤੀ ਗਈ, ਕਿੱਥੇ ਲੈ ਕੇ ਜਾ ਰਹੇ ਹੋ ਫੁੱਲਾਂ ਦੇ? ਫੁੱਲਾਂ ਕਿਹੜੇ? ਹਾਂਜੀ, ਕੀਰਤਪੁਰ ਸਾਹਿਬ ਜਾ ਰਹੇ ਜੀ। ਅੱਜ ਕਿੰਨੇ ਪਰਿਵਾਰਾਂ ਦੇ ਫੁੱਲਾਂ ਦੀ ਰਸਮ ਲੈ ਕੇ ਜਾ ਰਹੇ ਹੋ? 7-8 ਪਰਿਵਾਰ ਨੇ ਜੀ, ਪਰ ਦੁਖੀ ਹੈ ਜੀ। ਸਾਰੇ ਇਕੱਠੇ ਜਾ ਰਹੇ? ਸਾਰੇ ਇਕੱਠੇ ਜਾ ਰਹੇ। ਕੀਰਤਨਪੁਰ ਬਾਰੇ ਕੋਈ ਜਵਾਕਾਂ ਵਾਸਤੇ ਕਰਨਾ ਚਾਹੀਦਾ? ਮਜ਼ਦੂਰੀ ਕਰਦਾ ਸੀ। ਬੱਚੇ ਕੀ ਕੁਛ ਨੇ ਪਰਿਵਾਰ? ਇੱਕ 5-1 ਮਹੀਨੇ ਦਾ ਮੁੰਡਾ ਜੀ, ਇੱਕ ਗੁੱਡੀ ਆ 3-4 ਸਾਲ ਦੀ। ਅੱਜ ਇੱਥੇ ਪਿੰਡ ਗੁਜਰਾਂ ਤੋਂ 7 ਪਰਿਵਾਰਾਂ ਦੇ ਜਿਹੜੇ ਜੀ ਚੜ੍ਹਾਈ ਕਰਕੇ ਜ਼ਹਿਰੀਲੀ ਸ਼ਰਾਬ ਨਾਲ ਉਹਨਾਂ ਦੇ ਫੁੱਲ ਚੁਗੇ ਨੇ, ਤੇ ਉਹ ਸਾਰੇ ਫੁੱਲ ਕੀਰਤਪੁਰ ਸਾਹਿਬ ਅੱਜ ਲੈ ਕੇ ਸਾਂਝੇ ਤੌਰ ਤੇ ਜਾ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਸ ਦਾ ਪ੍ਰਬੰਧਕ ਕਰਕੇ, ਕਿਉਂਕਿ ਇਹ ਗਰੀਬ ਪਰਿਵਾਰ ਸੀਗੇ, ਉਹ ਦਿੱਤਾ ਹੈ, ਤੇ ਹੁਣ ਸਾਰੇ ਇੱਥੋਂ ਫੁੱਲ ਪਾ ਕੇ ਆਪਣੀ ਰਸਮ ਹੈ ਜਿਹੜੀ ਬਣਦੀ ਹੈ ਉਹਨੂੰ ਕਰਨ ਚੱਲੇ। ਇੱਕੋ ਬੱਸ ਭੇਜੀ ਜਾ ਰਹੀ ਹੈ? ਇੱਕ ਬੱਸ ਦੇ ਵਿੱਚ ਜੀ, ਜਿਨ੍ਹਾਂ ਦਾ 7 ਪਰਿਵਾਰ ਨੇ, 5-5 ਬੰਦੇ ਨੇ, ਤੇ 60 ਸੀਟਡ ਬੱਸ ਹੈ, ਤੇ ਇਹਨਾਂ ਨੇ ਇੱਕ ਬੱਸ ਦੀ ਹੋਈ ਤਮੰਨਾ ਦੱਸੀ ਸੀਗੀ, ਉਹ ਪ੍ਰਬੰਧ ਕਰਤਾ। ਜੇ ਹੋਰ ਵੀ ਕਹਿਣਗੇ ਸਾਨੂੰ ਕੋਈ ਇਤਰਾਜ਼ ਨਹੀਂ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਸਹਿਯੋਗ ਦਿੰਦੀ ਰਹੂ।